ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇੱਥੇ ਖਾਸ ਗੱਲ ਇਹ ਰਹੀ ਕਿ ਗੈਂਗਸਟਰ ਨੂੰ ਅਦਾਲਤ ਦੇ ਬਾਹਰ ਪੰਜਾਬ ਪੁਲਿਸ ਦੀ ਐਂਬੂਲੈਂਸ ਵਿੱਚ ਹੀ ਪੇਸ਼ ਕੀਤਾ ਗਿਆ। ਅਦਾਲਤ ਦੇ ਸਾਹਮਣੇ ਪੁਲਿਸ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਰਿਮਾਂਡ ਦੀ ਮੰਗ ਕੀਤੀ ਗਈ, ਜਿਨ੍ਹਾਂ ਨੂੰ ਵੇਖਦੇ ਹੋਏ ਅਦਾਲਤ ਵੱਲੋਂ ਪੁਲਿਸ ਨੂੰ 13 ਦਿਨ ਦਾ ਰਿਮਾਂਡ ਦਿੱਤਾ ਗਿਆ। ਗੈਂਗਸਟਰ ਦਿਲਪ੍ਰੀਤ ਉੱਤੇ ਲਗਭਗ ਰੋਪੜ ਜ਼ਿਲ੍ਹੇ ਵਿੱਚ 15 ਕੇਸ ਦਰਜ ਨੇ। ਉੱਥੇ ਹੀ ਦਿਲਪ੍ਰੀਤ ਬਾਬਾ ਨੇ ਜ਼ਖਮੀ ਹਾਲਤ 'ਚ ਹੋਣ ਦੇ ਕਾਰਨ ਆਪਣਾ ਇਲਾਜ ਰੋਪੜ ਵਿੱਚ ਹੀ ਕਰਵਾਉਣ ਦੀ ਮੰਗ ਕੀਤੀ ਹੈ। ਰਿਮਾਂਡ ਮੰਗਿਆ ਸੀ ਜੋ ਕਿ ਇਹ ਪਹਿਲਾਂ ਸਾਡੇ ਐਫ ਆਈ ਨੰਬਰ 38/14 300/2/34 IPC 25/56 ਰੂਪ ਬੇਦੀ ਵਿੱਚ ਲੁੱਟਦਾ ਸੀਗਾ ਅਤੇ ਉਹ ਅਸੀਂ ਕੋਰਟ ਵੱਲੋਂ ਮੰਗ ਕੀਤੀ ਗਈ ਪੁਲਿਸ ਰਿਮਾਂਡ ਦੀ, ਜੋ ਕਿ ਸਾਨੂੰ 20/18 ਰਿਮਾਂਡ ਮਿਲ ਗਿਆ। ਕਿਹੜਾ ਰਿਮਾਂਡ ਮਿਲਿਆ? ਪੁਲਿਸ ਰਿਮਾਂਡ ਮੈਨੂੰ ਰੋਪੜ ਦੇ ਵਿੱਚ ਹੀ ਮੇਰਾ ਇਲਾਜ ਕਰਵਾਇਆ ਜਾਵੇ।